ਆਪਣੇ ਕਰਮਾਂ ਅਨੁਸਾਰ ਆਪ ਜੀ ਦੇ ਦਰ ਦਰ ਤੋਂ ਬਖਸ਼ਿਸ਼ ਹੋਣ ਲੈ ਕੇ ਹਿਮਾਤ ਵਿੱਚ ਆਏ ਹੋਏ ਸਨ। ਆਪ ਜੀ ਆਪ ਜੀ ਦੀ ਬਖਸ਼ੀ ਉਮਰ ਨੂੰ ਹੋ ਕੇ ਸੰਸਾਰ ਦੀ ਰਾਤਾਂ ਨੂੰ ਸਫਲਾ ਕਰਕੇ ਆਪ ਜੀ ਪੁੱਤਰ ਨੂੰ ਮਹਾਂਭਾਰਤ ਅਨੁਸਾਰ ਅਕਾਲ ਧਾਰਨ ਕਰ ਰਹੇ ਹਨ। ਸੱਚੇ ਪਾਤਸ਼ਾਹ ਸੁੱਖ ਸ਼ਾਂਤੀ ਵਾਸਤੇ ਚਾਹੁੰਦੇ ਪੁੱਤਰਾਂ ਤਾਂ ਆਪ ਜੀ ਗੁਰੂ ਕਰਦੇ ਮਹਾਨ ਸੁੱਖ ਸੇਵਕ ਜਸ ਕਰਨ ਵਾਲੇ ਰਾਮੀ ਸਿੰਘਾਂ ਵੱਲੋਂ ਆਪ ਜੀ ਅਰਾਹੀ ਹਜ਼ੂਰੀ ਦੇ ਵਿੱਚ ਰਾਹੀ ਚੱਕ ਗੁਰਬਾਣੀ ਜੀ ਦੇ ਉਦੇਸ਼ ਕਥਾ ਪ੍ਰਚਨ ਕੀਤੇ ਗਏ ਹਨ। ਅੱਜ ਰਾਹੀ ਜਸ ਦਿੱਤਾ ਗਿਆ ਹੈ। ਸੱਚੇ ਪਾਤਸ਼ਾਹ ਜੀ ਗੁਰਬਾਣੀ ਪੜ੍ਹਦੇ ਹਾਂ, ਕਥਾ ਪ੍ਰਚਨ ਕਰਦੇ ਹਾਂ, ਉਦੇਸ਼ ਕਰਦੇ ਹਾਂ, ਇਸ ਤਰ੍ਹਾਂ ਦੀਆਂ ਗਲਤੀਆਂ ਦੂਜੀਆਂ ਰਹਿ ਗਈਆਂ ਹੋਣਗੀਆਂ। ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਨੂੰ ਜਾਣ ਬੱਚੇ ਸਨ ਕਿ ਮਾਫ ਕਰਨਾ ਹਰਜਣ ਨੈਣ ਕੀਰਤਨ ਗਾਇਆ ਬਹੁੜ ਨਾ ਜੁਨੀ ਪਾਈਐ ਜਿਸ ਦੇਵੈ ਪੁਰਖ ਵਿਧਾਤਾ ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮਾਤਾ ਸੁਰਜੀਤ ਕੌਰ ਜੀ ਦੀ ਨਿੱਜੀ ਯਾਦਗਾਰ ਵਿੱਚ ਜੁੜ ਬੈਠੇ ਹਾਂ। ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਹੁਕਮਨਾਮੇ ਰਾਹੀਂ ਸੁਰਜੀਤ ਕੌਰ ਜੀ ਸਦੀਵ ਵਿਛੋੜਾ ਦੇ ਰਹੇ ਹਨ ਅਤੇ ਮਾਤਾ ਦਾ ਜੋ ਵਿਛੋੜਾ ਹੁੰਦਾ ਉਹ ਪਰਿਵਾਰ ਵਾਸਤੇ ਰਿਸ਼ਤੇਦਾਰਾਂ ਵਾਸਤੇ ਕਹਿ ਕੇ ਸਹਿ ਹੁੰਦਾ, ਕਿਉਂਕਿ ਪਰਿਵਾਰ ਨੂੰ ਜੋ ਇੱਕ ਮਾਂ ਦਾ ਵਿਛੋੜਾ ਸਭ ਤੋਂ ਦੁਖਦਾਈ ਹੁੰਦਾ, ਕਿਉਂਕਿ ਮਾਂ ਇੱਕ ਇਹੋ ਜਿਹਾ ਰਿਸ਼ਤਾ ਜਿਹਨੇ ਸਾਰੇ ਬੱਚਿਆਂ ਨੂੰ ਪਰਿਵਾਰ ਨੂੰ ਪ੍ਰਾਪਤ ਬਹੁਤੀ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਇੱਥੇ ਇਕੱਤਰ ਹੋਇਆ। ਇਸ ਦੁਨੀਆਂ 'ਤੇ ਆਉਣ ਜਾਣ ਬਣਿਆ, ਪਰ ਜੋ ਵਿਅਕਤੀ ਇੱਥੇ ਚੰਗੇ ਕੰਮ ਕਰ ਜਾਂਦਾ ਹੈ ਉਹ ਉਸਦੀ ਯਾਦ ਬਣ ਜਾਂਦੀ। ਮੌਤ ਜ਼ਿੰਦਗੀ ਦਾ ਲੇਖਾ ਜੋਖਾ, ਮੌਤ ਤੋਂ ਬਾਅਦ ਹੀ ਪਤਾ ਲੱਗਦਾ ਕਿ ਸੰਸਾਰ ਨੇ ਪਰਿਵਾਰ ਲਈ, ਸਮਾਜ ਲਈ, ਧਰਮ ਲਈ ਕੀ ਕੁਝ ਕੀਤਾ। ਮਾਂ ਵਰਗਾ ਇਸ ਦੁਨੀਆਂ 'ਤੇ ਕੋਈ ਦਿੱਤਾ ਨਹੀਂ, ਕਿਉਂਕਿ ਜਿੰਨਾ ਪਿਆਰ ਸਾਨੂੰ ਮਾਂ ਦੇ ਰਿਸ਼ਤੇ 'ਚੋਂ ਮਿਲਦਾ ਹੋਰ ਕਿਸੇ ਰਿਸ਼ਤੇ ਵਿੱਚੋਂ ਨਹੀਂ ਮਿਲਦਾ। ਮਾਂ ਦਾ ਇੱਕ ਗੱਲ ਨਹੀਂ ਹੁੰਦਾ। ਵਾਸੀ ਲਾਤਾ ਵਾਸੀ ਬਹੁਤ ਵੱਡੀ ਬੇਟੀ ਸਤਾਰਿਆਂ ਮਾਤਾ ਸੁਰਜੀਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸਾਡੇ ਸਤਾਰਿਆਂ ਬਜ਼ੁਰਗ ਜੈਦਾਰ ਬਚਨ ਸਿੰਘ ਜੀ, ਉਹਨਾਂ ਦੇ ਸਪੁੱਤਰ ਸਾਡੇ ਵੀਰ ਸੁਖਬੀਰ ਸਿੰਘ ਬਿੱਟੂ, ਸੁਖਦੇਵ ਸਿੰਘ ਜੀ, ਸਾਡੀਆਂ ਭੈਣਾਂ ਔਰ ਸਮੁੱਚੇ ਪਰਿਵਾਰ ਨਾਲ ਸਾਂਝਾ ਕਰ ਰਿਹਾ ਹੈ। ਮਾਂ ਦਾ ਵਿਛੋੜਾ ਹਰ ਵਿਅਕਤੀ ਲਈ ਬੜਾ ਦੁਖਦਾਈ ਹੈ, ਸਹਿਜ ਹੁੰਦਾ ਹੈ। ਬਿਲਕੁਲ ਠੀਕ। Thank you.
Thank you.
Yeah.
Thank you.
चल दिया नाल चल दिया